हेलो, सत श्रीकाल जी सारे नू। वेलकम बैक टू माई यूट्यूब चैनल एंड माई ब्लॉग। आई होप यूर ऑल वैल। अज आप बहुत जरूरी गल करनी आ, ध्यान ना सुनियो भाई। आप अज तुहानू दसना कि एक वायरल बीमारी आ, लंपी स्किन डजीज, जिहड़ी कि पूरे भारत दे विच अपने पैर पसार चुकी आ, ते हुण उह पंजाब दे हरेक पिंड दे विच गावां नू हो रही आ। उहदे नाल की हैगा कि गावां दे पिंडे दे उत्ते धफड़ी टाइप छाले हो रहे आ, धफड़ी वांगू, ते गाइयां नूं 104 चार पाँच पाँच बुखार हो रहा है। ते वो बीमारी एक बहुत भयानक बीमारी आ, ते आपां उह सानूं बीमारी वाले पशु भी दिखाउंदे आ सारे। ते आपां अपने कोले घट्टो घट्ट भी 35 केस आ चुके इदू पहलां, आह 4 दिनां दे विच। ते आपां उहदी रोकथाम लई भी सानूं दसदे आ भी की करो। बाकी जी ब्लॉग नाल जुड़े रहो, आपां सानूं उह पशु दिखाउंदे आ जिन्हां नूं इह बीमारी हो चुकी आ पिंड दे विच, जिन्हां दा आपां ट्रीटमेंट कर रहे हां। ते आपां सानूं उह पशु दिखाउंदे आ भी ਕਿਵੇਂ ਦੇਖਣ 'ਚ ਕਿਵੇਂ ਪਤਾ ਲੱਗਦਾ ਇਹ ਵੀ ਕਿੱਦਾਂ ਦੀ ਬਿਮਾਰੀ ਆ। ਆ ਜਾਓ, ਆਪਾਂ ਸਾਰਾ ਦਿਖਾਉਂਦੇ ਹਾਂ, ਬਲੌਗ ਨਾਲ ਰਹੋ ਜੁੜੇ। ਆ ਜਾਓ ਹੁਣ ਆਪਾਂ ਚੱਲਦੇ ਹਾਂ ਪਿੰਡ, ਅਤੇ ਆਪਾਂ ਤੁਹਾਨੂੰ ਉਹ ਪਸ਼ੂ ਦਿਖਾਉਂਦੇ ਹਾਂ ਜਿਨ੍ਹਾਂ ਨੂੰ ਇਹ ਬਿਮਾਰੀ ਹੋ ਚੁੱਕੀ ਆ ਅਤੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈਗਾ। ਆਪਾਂ ਸਾਰੇ ਪਸ਼ੂ ਦਿਖਾਉਂਦੇ ਹਾਂ ਉਹ ਤੁਹਾਨੂੰ ਪਿੰਡ ਜਾ ਕੇ ਵੀ ਉਹ ਕਿੱਦਾਂ ਦੀ ਧਫੜੀ ਹੁੰਦੀ ਆ, ਕਿਵੇਂ ਹੁੰਦੀ ਆ। ਆ ਜਾਓ ਫਿਰ ਬਾਕੀ ਜੀ, ਆਹ ਦੇਖ ਲਓ, ਆਹ ਲੰਪੀ ਸਕਿੰਨ ਵਾਲਾ ਹੈਗਾ। ਇਹਦੇ ਆਪਾਂ 3 ਦਿਨ ਦਵਾਈ ਲਾਈ ਹੈਗੀ, ਅੱਗੇ ਨਾਲੋਂ ਬਹੁਤ ਫਰਕ ਆ, ਅੱਗੇ ਨਾਲੋਂ ਘਟੇ ਵੀ ਆ। ਦੇਖੋ ਗਾਲਾ ਵੀ ਕਰੀ ਜਾਂਦਾ ਗਾ, ਤੇ ਇਹਨੂੰ ਪੂਰਾ ਹੀ ਫਰਕ ਹੈਗਾ, ਖਾਈ ਪੀ ਸਹੀ ਜਾਂਦਾ ਗਾ, ਵੀ ਜਮਾ ਤਾਂ ਨਹੀਂ ਠੀਕ ਹੈਗਾ, ਵੀ ਫਰਕ ਬਹੁਤ ਹੈਗਾ। ਆ ਦੇਖੋ ਹੋਏ ਪਏ ਆ, ਇਸ ਤਰ੍ਹਾਂ ਦੇ ਧੱਫੜ ਹੁੰਦੇ ਆ ਇਹ, ਆਹ ਪਸ਼ੂ ਦੇ। ਦੇਖੋ ਤੁਸੀਂ, ਜੇ ਤੁਹਾਨੂੰ ਕਿਤੇ ਵੀ ਐਂ ਸ਼ੱਕ ਲੱਗਦਾ ਮਾੜਾ ਮੋਟਾ, ਤਾਂ ਉਹਦੀ ਉਹਦਾ ਟ੍ਰੀਟਮੈਂਟ ਕਰਾਓ, ਉਹਦੇ ਟੀਕੇ ਲਵਾਓ, ਕਿਉਂਕਿ ਪਹਿਲੀਆਂ 'ਚ ਇਲਾਜ ਹੈਗਾ ਗਾ। ਆ ਦੇਖੋ, ਆਹ ਇਸ ਤਰ੍ਹਾਂ ਦੇ ਛਾਲੇ ਹੁੰਦੇ ਆ ਇਹ ਪਿੰਡੇ 'ਤੇ। ਬਾਕੀ ਬਈ, ਜਿਹੜਾ ਇਹ ਬਿਮਾਰੀ ਤੋਂ ਬਚਾਅ ਗਾ, ਬਚਾਅ ਇਹੀ ਆ, ਪਹਿਲਾਂ ਤਾਂ ਪਸ਼ੂ ਦੀ ਡਿਵਰਮਿੰਗ ਕਰ ਦਿਓ। ਡਿਵਰਮਿੰਗ ਕਰਕੇ ਉਹਨੂੰ ਮਿਨਰਲ ਮਿਕਸਚਰ ਦਿਓ ਅਤੇ ਮਲਟੀ ਵਿਟਾਮਿਨ ਦਿਓ, ਕਿਉਂਕਿ ਉਹਦੀ ਜਿਹੜੀ ਇਮਿਊਨਿਟੀ ਸਿਸਟਮ ਆ ਉਹ ਸਟਰੋਂਗ ਹੋਵੇ। ਜਿੰਨਾ ਸਟਰੋਂਗ ਆ ਤਾਂ ਉਹ ਹੀ ਉਹ ਜਿਹੜੀ ਕਿ ਉਹਦੇ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਹੈਗੀ ਪਸ਼ੂ ਦੇ ਵਿੱਚ, ਤਾਂ ਉਹ ਵੱਧੂਗੀ ਜੋ ਇਮਿਊਨਿਟੀ ਸਟਰੋਂਗ ਹੋਈ। ਇਸ ਲਈ ਆਪਣੇ ਪਸ਼ੂਆਂ ਦੀ ਜਿਹੜੀ ਇਮਿਊਨਿਟੀ ਆ ਉਹ ਸਟਰੋਂਗ ਕਰੋ, ਕਿਉਂਕਿ ਜਿਹੜੇ ਪਸ਼ੂ ਨੂੰ ਇਹ ਹੋ ਜਾਂਦੀ ਆ, ਮੰਨ ਲਓ ਜਿਹੜੇ ਪਸ਼ੂ ਨੂੰ ਹੋ ਗਈ ਉਹਦੀ ਇਮਿਊਨਿਟੀ ਸਟਰੋਂਗ ਆ, ਤਾਂ ਉਹਨੂੰ ਕੁਝ ਨਹੀਂ ਹੁੰਦਾ, ਅਤੇ ਬਾਕੀ ਜਿਹੜੇ ਦੂਜੇ ਪਸ਼ੂ ਆ ਉਹ ਇਹਦੇ ਨਾਲ ਬਿਮਾਰੀ ਨਾਲ ਬਹੁਤ ਮਰ ਰਹੇ ਆ, ਬਹੁਤ ਨੁਕਸਾਨ ਹੋ ਰਿਹਾ। ਇਸ ਲਈ ਬਈ, ਆਪਣੇ ਪਸ਼ੂਆਂ ਦਾ ਧਿਆਨ ਰੱਖੋ। ਬਾਕੀ ਦੂਜੀ ਗੱਲ, ਜਿਹੜੇ ਪਸ਼ੂ ਨੂੰ ਇਹ ਬਿਮਾਰੀ ਆ ਗਈ, ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਟ੍ਰੀਟਮੈਂਟ ਵੀ ਕਰਾ ਰਹੇ ਹਾਂ, ਉਹਨੂੰ ਕੀ ਕਰੋ, ਉਹ ਪਸ਼ੂ ਨੂੰ ਅੱਡ ਕਰ ਦਿਓ। ਅੱਡ ਕਰਕੇ ਉਹਦੇ ਇੱਕ ਮੱਛਰਦਾਨੀ ਲਾ ਦਿਓ, ਕਿਉਂਕਿ ਇਹ ਜਿਹੜਾ ਇਹ ਬਿਮਾਰੀ ਹੈਗੀ, ਇਹ ਮੰਨ ਲਓ ਜਿਵੇਂ ਹੁਣ ਮੱਛਰ ਨੇ ਉਹ ਪਸ਼ੂ ਨੂੰ ਕੱਟ ਲਿਆ, ਜਿਹੜੇ ਪਸ਼ੂ ਇਹ ਰੋਗ 'ਚ ਆ ਗਿਆ, ਉਹ ਤੋਂ ਉਹ ਦੂਜੇ ਪਸ਼ੂ ਨੂੰ, ਤੰਦਰੁਸਤ ਪਸ਼ੂ ਨੂੰ ਕੱਟਦਾ, ਤਾਂ ਇਹ ਤੋਂ ਉਹ ਦੂਜੇ ਪਸ਼ੂ ਨੂੰ ਹੋ ਜਾਂਦੀ ਆ, ਆ ਇਹ ਬਿਮਾਰੀ ਵਧੀ ਜਾਂਦੀ ਆ। ਤਾਂ ਇਹ ਪਸ਼ੂ ਨੂੰ ਮੰਨ ਲਓ ਅਲੱਗ ਰੱਖੋ, ਅਤੇ ਉਹਨੂੰ ਮੱਛਰ ਨਾ ਕੱਟੇ ਤਾਂ ਮੱਛਰਦਾਨੀ ਪਾ ਕੇ ਰੱਖੋ, ਤਾਂ ਮੱਛਰ ਤੋਂ ਕਈ ਵਾਰ ਜੇ ਆਪਾਂ ਕੋਈ ਸਪਰੇਅ ਵੀ ਛਿੜਕ ਰਹੇ ਹਾਂ ਤਾਂ ਉਹ ਛਿੜਕੋ ਉਹਤੇ, ਤਾਂ ਕਿ ਜਿਹੜਾ ਦੂਜੇ ਪਸ਼ੂਆਂ ਦਾ ਬਚਾਅ ਹੋ ਸਕੇ। ਲਓ ਬਾਈ, ਹੁਣ ਆਪਾਂ ਚੱਲਦੇ ਹਾਂ ਖੋਖਰ ਖੁਰਦ, ਉੱਥੇ ਵੀ ਇੱਕ ਗਾਂ ਖੜੀ ਆ, ਤੁਹਾਨੂੰ ਦਿਖਾਉਂਦੇ ਹਾਂ, ਉਹਦੇ ਵੀ ਲਾ ਕੇ ਆਉਂਦੇ ਹਾਂ ਟੀਕੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖੋ ਜੀ, ਆਹ ਗਾਂ, ਇਹਦੇ ਤੁਸੀਂ ਦੇਖ ਸਕਦੇ ਹੋ, ਇਹਦੇ ਬਹੁਤ ਹੀ ਜ਼ਿਆਦਾ ਫੈਲ ਰਹੇ ਪਏ ਆ, ਧੱਫੜ ਬਹੁਤ ਹੋਏ ਪਏ ਆ ਨਜਾਇਜ਼ ਜੀ ਇਹਦੇ। ਆਹ ਦੇਖੋ ਤੁਹਾਡੇ ਸਾਹਮਣੇ ਆ। ਹੁਣ ਬਾਈ, ਆਪਾਂ ਲਾ ਕੇ ਆਏ ਸੀ ਖੋਖਰ ਟੀਕੇ, ਅਤੇ ਰਾਹ 'ਚ ਮੀਂਹ ਆ ਗਿਆ, ਅਤੇ ਹੁਣ ਆਪਣੇ ਇੱਧਰ ਭਰਾ ਕੋਲ ਖੜ੍ਹੇ ਹਾਂ, ਇੱਧਰ ਬ੍ਰਹਮਜੀਤ ਕੋਲ। ਕੀ ਹਾਲ ਆ? ਠੀਕ ਠਾਕ ਵਧੀਆ ਬਾਈ, ਤੁਹਾਨੂੰ ਦੱਸਾਂ। ਆਹ ਦੇਖ ਲਓ, ਇੱਧਰ ਮੀਂਹ ਵੀ ਚੱਲ ਪਿਆ ਜੀ, ਦਿਖਾਉਂਦੇ ਹਾਂ ਤੁਹਾਨੂੰ। ਆਹ ਲੱਗ ਗਈਆਂ ਕਣੀਆਂ ਪੈਣ, ਤਾਂ ਕਰਕੇ ਆਪਾਂ ਮੋਟਰ ਕਹਿੰਦਾ ਰੋਕਿਆ ਇੱਥੇ, ਮੈਂ ਚਲੋ ਖੜ੍ਹਦੇ ਹਾਂ, ਦਵਾਈਆਂ ਦਵੂਈਆਂ ਭੇਜਣਗੀਆਂ ਸਾਰੀਆਂ। ਕਣੀਆਂ ਆ ਗਈਆਂ। ਬਾਕੀ ਬਾਈ, ਜਿਹੜੀ ਆ ਬਿਮਾਰੀ ਤੁਹਾਨੂੰ ਪਤਾ ਵੀ ਇੰਨੀ ਚੱਲੀ ਜਾਂਦੀ ਹੈਗੀ, ਜਿਹੜਾ ਕੋਈ ਵੀ ਬੰਦਾ ਮੇਰੇ ਪਿੰਡ ਦਾ ਦਵਾਈ ਆਪ ਲਿਆਊਗਾ ਤਾਂ ਆਪਾਂ ਟੀਕੇ ਫ੍ਰੀ ਲਾਵਾਂਗੇ, ਕੋਈ ਚੱਕਰ ਨਹੀਂ, ਕੋਈ ਪੈਸਿਆਂ ਪੂਸਿਆਂ ਦਾ ਕੋਈ ਚੱਕਰ ਨਹੀਂ, ਕੁਛ ਨਹੀਂ ਲੈਣਾ ਆਪਾਂ। ਜੇ ਦਵਾਈ ਉਹ ਆਪ ਦੀ ਲਿਆਉਂਦੇ ਆ ਤਾਂ ਆਪਾਂ ਫ੍ਰੀ ਟ੍ਰੀਟਮੈਂਟ ਕਰਾਂਗੇ। ਲੈ ਬਈ, ਕਣੀਆਂ ਹੁਣ ਥੋੜ੍ਹੀਆਂ ਜਿਹੀਆਂ ਘਟੀਆਂ ਗਈਆਂ, ਅਤੇ ਆਪਾਂ ਚੱਲਦੇ ਹਾਂ। ਚੱਲ ਠੀਕ ਹੈ ਵੀਰੇ। ਬਾਕੀ ਬਾਈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਪਹਿਲਾਂ ਤਾਂ ਮੰਨ ਲਓ ਮੂੰਗੀ ਨਹੀਂ ਹੋਈ, ਮੱਕੀ ਨਹੀਂ ਹੋਈ, ਮੀਂਹ ਨੇ ਮਾਰਤੀ,
ਰਹਿੰਦਾ ਖੂੰਹਦਾ ਨਰਮਾ ਸੀਗਾ, ਉਹਨਾਂ ਨੂੰ ਸੁੰਡੀ ਪੈ ਗਈ ਨਰਮੇ ਨੂੰ, ਉਹ ਲੋਕ ਪੱਟੀ ਜਾਂਦੇ ਸਾਰੇ, ਰਹਿੰਦੀ ਖੂੰਹਦੀ ਬਿਮਾਰੀ ਆ ਪਸ਼ੂਆਂ ਨੂੰ ਆ ਗਈ।